ਨਗਰ ਕੌਂਸਲ ਸਰਹੰਦ ਫਤਿਹਗੜ੍ਹ ਸਾਹਿਬ ਅਧੀਨ ਪੈਂਦੇ ਸਰਹੰਦ ਸ਼ਹਿਰ ਵਿਖੇ ਸਦਨਾ ਭਗਤ ਦੀ ਮਸੀਤ ਤੋਂ ਲੈ ਕੇ ਖਾਨਪੁਰ ਚੁੰਗੀ ਸਰਹੰਦ ਤੱਕ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਨਗਰ ਕੌਂਸਲ ਦੀ ਸਾਬਕਾ ਮੀਤ ਪ੍ਰਧਾਨ ਕੌਂਸਲਰ ਰਾਜਪਿੰਦਰ ਕੌਰ ਸੋਹੀ, ਕੌਂਸਲਰ ਸਰਬਜੀਤ ਕੌਰ ਅਤੇ ਕੌਂਸਲਰ ਅਜੈਬ ਸਿੰਘ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਖਿਲਾਫ਼ ਅਣਮਿੱਥੇ ਸਮੇਂ ਲਈ ਰੋਸ ਧਰਨਾ ਸ਼ੁਰੂ ਕਰ ਦਿੱਤਾ। ਰੋਸ ਧਰਨਾ ਦੇ ਰਹੇ ਕੌਂਸਲਰ ਅਜੈਬ ਸਿੰਘ, ਕੌਂਸਲਰ ਰਾਜਪਿੰਦਰ ਕੌਰ ਸੋਹੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਪਰਵਿੰਦਰ ਸਿੰਘ ਦਿਓਲ ਅਤੇ ਕੌਂਸਲਰ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਸੜਕ ਤੇ ਸੀਵਰੇਜ ਪਾਏ ਜਾਣ ਨੂੰ ਲਗਭਗ 26 ਮਹੀਨਿਆਂ ਦਾ ਸਮਾਂ ਬੀਤ ਗਿਆ ਹੈ। ਇਸ ਸੜਕ ਤੋਂ ਲੰਘਣ ਵਾਲੇ ਸਕੂਲੀ ਬੱਚਿਆਂ, ਮੰਦਰ ਜਾਣ ਵਾਲੇ ਭਗਤਾਂ ਸਮੇਤ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਇਹ ਧਰਨਾ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਅਣਮਿੱਥੇ ਸਮੇਂ ਲਈ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ ਜਾਂਦਾ। ਇਹ ਹੈ ਜੀ, 26 ਮਹੀਨੇ ਪਹਿਲਾਂ ਉਰੇ ਸੀਵਰੇਜ ਪਾਇਆ ਤਾ, ਕਿਉਂਕਿ ਹੁਣ ਬਹੁਤ ਟਾਈਮ ਹੋ ਗਿਆ, ਇਹ ਸੜਕ ਬਿਲਕੁਲ ਟੁੱਟ ਗਈ ਹੈ, ਦੱਬ ਵੀ ਗਈ ਜਿੰਨੀ ਦੱਬਣੀ ਤੀ। ਇਹ ਹੁਣ ਜਿਹੜੀ ਕਾਂਗਰਸ ਦੀ ਸਰਕਾਰ ਹੈ ਉਹ ਇਸ ਸੜਕ ਵੱਲ ਕੋਈ ਨਹੀਂ ਧਿਆਨ ਦਿੰਦੀ, ਕਿਉਂਕਿ ਇੱਥੇ ਜਿਹੜੇ ਕੌਂਸਲਰ ਨੇ ਆਪਣੇ ਸ਼ਹਿਰ ਦੇ ਤਿੰਨੇ, ਸਰਦਾਰ ਅਜੈਬ ਸਿੰਘ ਜੀ, ਰਾਜਵਿੰਦਰ ਕੌਰ ਸੋਹੀ ਜੀ, ਸਰਬਜੀਤ ਕੌਰ ਜੀ, ਇਹ ਤਿੰਨੇ ਅਕਾਲੀ ਦਲ ਨਾਲ ਸੰਬੰਧਿਤ ਹੈ, ਕਿਉਂਕਿ ਜਿਹੜੀ ਇਹ ਸਰਕਾਰ ਹੁਣ ਕਾਂਗਰਸ ਦੀ ਹੈ ਇਹ ਇਹਨਾਂ ਨਾਲ ਪੂਰਾ ਧੱਕਾ ਕਰ ਰਹੀ ਹੈ, ਕਿਉਂਕਿ ਪਹਿਲਾਂ ਕੰਮ ਬਹੁਤ ਜਦੋਂ ਅਕਾਲੀ ਸਰਕਾਰ ਦੀ ਤੇਜ਼ੀ ਦੇ ਨਾਲ ਚੱਲਿਆ ਤਾਂ ਬਾਦਲ ਸਾਹਿਬ ਨੇ ਇਹ ਪ੍ਰੋਜੈਕਟ ਲਿਆਂਦਾ ਤਾ, ਸਰਦਾਰ ਦਿਦਾਰ ਸਿੰਘ ਪੱਟੀ ਜੀ ਨੇ ਅਮਨ ਕਲੋਨੀ ਵਿੱਚੋਂ ਇਹ ਸ਼ੁਰੂ ਕਰਿਆ ਤਾ, ਇਹ ਘੱਟੋ ਘੱਟ ਵੀ 18 ਜਾਂ ਮਹੀਨੇ ਜਾਂ 2 ਸਾਲ ਦੇ ਵਿੱਚ ਕਵਰ ਹੋਣਾ ਤਾ। ਹੁਣ ਦੇਖੋ ਤੁਸੀਂ 2019 ਆ ਗਿਆ, ਕੁਛ ਟਾਈਮ ਰਹਿ ਗਏ, 2-2.5 ਮਹੀਨੇ 20 ਚੜ੍ਹ ਜਾਣਾ, ਅਜੇ ਘੱਟੋ ਘੱਟ ਵੀ 35-40 ਪੈਸੇ ਕੰਮ ਹੋਇਆ। ਦੇਖੋ 1 ਰੁਪਈਏ ਕੰਮ ਹੋਣਾ ਅਜੇ ਬਹੁਤ ਕੰਮ ਰਹਿੰਦਾ ਜੀ। ਸਾਡੀ ਲਿੰਕਨ ਕਾਲਜ ਰੋਡ ਦੇਖ ਲਓ ਜੀ, ਉਹ ਘੱਟੋ ਘੱਟ ਜਨਵਰੀ ਮਹੀਨੇ ਦਾ ਪੱਟਿਆ ਹੋਇਆ, ਉੱਥੇ ਰੋਜ਼ 4-5 ਟਰੱਕ ਰੋਜ਼ ਫਸਦੇ ਨੇ ਸਾਰੇ ਪਾਸੇ, ਮਤਲਬ ਕਿ ਸ਼ਹਿਰ ਦਾ ਇੰਨਾ ਬੁਰਾ ਹਾਲ ਹੈ ਵੀ ਉਹੀ ਜਿੱਥੇ ਉਹਨਾਂ ਦੇ ਕੌਂਸਲਰ ਜਿੱਤੇ ਵੇ ਨੇ ਦੁਬਾਰਾ ਦੁਬਾਰਾ ਕੰਮ ਉੱਥੇ ਹੀ ਕਰੀ ਜਾਂਦੇ, ਉੱਥੇ ਇੱਟਾਂ ਪੱਟ ਕੇ ਦੁਬਾਰਾ ਲਾ ਦਿੰਦੇ ਹਾਂ। ਇਹਨਾਂ ਨਾਲ ਪੂਰਾ ਉਹ ਵਿਕਤਰਾ ਕਰ ਰਹੇ ਹਾਂ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਨੂੰ ਜਿਹੜੇ ਇਹ ਧਰਨਾ ਹੈ ਸਾਡਾ ਲਗਾਤਾਰ, ਜਿੰਨਾ ਤੱਕ ਇਨਸਾਫ ਨਹੀਂ ਮਿਲਦਾ, ਸੜਕਾਂ ਨਹੀਂ ਬਣਦੀਆਂ, ਉਹਨਾਂ ਤੱਕ ਜਾਰੀ ਰਹੋ। 18 ਤੋਂ ਕੌਂਸਲਰ ਰਾਜਵਿੰਦਰ ਕੌਰ ਸੋਹੀ, ਅੱਜ ਜੋ ਕੱਲ੍ਹ ਤੋਂ ਅਸੀਂ ਜੋ ਇਸ ਧਰਨੇ 'ਤੇ ਬੈਠੇ ਹੋਏ ਹਾਂ, ਇਹ ਸੜਕਾਂ ਨਾ ਬਣਾਉਣ ਸੰਬੰਧੀ ਹੈ, ਜੋ ਕਿ ਪਿਛਲੇ 26 ਮਹੀਨਿਆਂ ਤੋਂ ਤਕਰੀਬਨ ਇਹ ਸੜਕਾਂ ਪੁੱਟ ਕੇ ਇਹਨਾਂ ਵਿੱਚ ਸੀਵਰੇਜ ਪਾਇਆ ਗਿਆ, ਅਤੇ ਉਸ ਤੋਂ ਬਾਅਦ ਇਹ ਸੜਕਾਂ ਬਿਲਕੁਲ ਖਰਾਬ ਹੋ ਗਈਆਂ ਅਤੇ ਬਣਾਈਆਂ ਨਹੀਂ ਜਾ ਰਹੀਆਂ ਹੈਗੀਆਂ, ਜੋ ਕਿ ਸਾਡੀ ਮੰਗ ਹੈ। ਕਰਕੇ ਅਸੀਂ ਇੱਥੇ ਅਣਮਿੱਥੇ ਸਮੇਂ ਲਈ ਬੈਠੇ ਹਾਂ ਕਿ ਜਿੰਨਾ ਚਿਰ ਇਹ ਸੜਕਾਂ ਦਾ ਕੰਮ ਸਰਕਾਰ ਸ਼ੁਰੂ ਨਹੀਂ ਕਰਾਉਂਦੀ ਤਾਂ ਅਸੀਂ ਪੱਕੇ ਸਮੇਂ ਲਈ ਇੱਥੇ ਬੈਠੇ ਹਾਂ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀਆਂ ਲਈ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।